ਦੁੱਲਾ ਮਾਣਾ ਮੇਰਾ ਪਾਪਾ। ਸਵੀਟਹਾਰਟ ਤੁਸੀਂ ਕਿੱਥੇ ਗਏ ਸੀ? ਮਾਰਕੀਟ ਹੀ, ਮੈਂ ਸਾਰੀ ਮਾਰਕੀਟ ਦੇ ਵਿੱਚ ਤੁਹਾਡੇ ਪਿੱਛੇ ਪਿੱਛੇ ਗਿਆ ਵਾਂ। ਮੈਂ ਕਿਹਾ ਤੁਹਾਡਾ ਦੋਸਤ ਨਾਲ ਮਿਲ ਜਾਵੇ, ਜਾਨੂੰ ਮੈਨੂੰ ਪਰੇਸ਼ਾਨੀ ਹੁੰਦੀ ਹੈ ਤੁਹਾਡੀ। ਜਾਨ ਟੈਨਸ਼ਨ ਨਾ ਲਓ, ਪਹਿਲੇ ਮੈਨੂੰ ਥੱਲੇ ਉਤਰ ਕੇ ਸਾਰਾ ਜੱਫੀ ਪਾ ਲੈਣ ਦਿਓ। ਥੱਲੇ ਨਾ ਉਤਰੀ, ਮੁੜ ਕੇ ਇਹਨਾਂ ਨੇ ਨਹੀਂ ਉਤਰਨਾ। ਇਹਦੀ ਵਾਰੀ ਹੋਈ, ਉਹਨੇ ਆਪੇ ਲਾ ਲੈਣਾ। ਇਹ ਤਾਂ ਜਿਹੜਾ ਵਾਰੀ ਲੈਣ ਡਿਆ ਹੋਇਆ, ਇਹਨੂੰ ਗੰਦਾ ਹੀ ਬਹੁਤ ਕਰਦੇ ਆ। ਜਾਨੂੰ ਮੈਂ ਸਾਰੀਆਂ ਸ਼ਰਤਾਂ ਮੈਂ ਜ਼ਿਹਨੀ ਤੌਰ ਤੇ ਤਿਆਰ ਹਾਂ ਕਿ ਮੈਂ ਕਦੋਂ ਹੁਣ ਤੇਰੇ ਵਾਸਤੇ ਸਿਗਰਟ ਪੀਣੇ ਸ਼ੁਰੂ ਕਰਨੇ ਵਾਲਾ। ਜਿਹੜਾ ਆਇਆ ਗਿਆ ਹੁੰਦਾ ਨਾ, ਕਾਫੀ ਦੇਰ ਦਾ ਰੁਕਿਆ ਹੁੰਦਾ। ਜਿਹੜਾ ਹੁੰਦੇ ਹੋਵੇ ਉਹ ਤਾਂ ਰੋਕਿਆ ਜਾ ਸਕਦਾ, ਮੈਂ ਉਹ ਦੱਸ ਰਿਹਾ ਜਿਹੜਾ ਆ ਰਿਹਾ ਉਹਨੂੰ ਰੋਕਣਾ ਆਪਾਂ। ਸਾਨੂੰ ਨਵੇਂ ਨੀ ਬਣਾਉਣੇ, ਜਿਹੜੇ ਪਹਿਲੇ ਆਪਾਂ ਉਹਨਾਂ ਦਾ ਭੁਗਤਾਨ ਕਰਨਾ। ਕਮਰਾ ਲੈਣਾ ਵਾ ਤੇ ਆਪਾਂ ਦੋਵਾਂ ਨੇ ਕਮਰੇ ਚ ਰਹਿਣਾ, ਤੇ ਨਾਲ ਮੇਰੇ ਜਿਹੜੇ ਭਣੋਈਏ ਤਿਆਰ ਹੋਏ ਉਹਨਾਂ ਨੂੰ ਕਬਰਸਤਾਨ ਦੀਆਂ ਕਿੱਕਰਾਂ ਕਰਾ ਦੇਣੀਆਂ। ਮੈਂ ਤੈਨੂੰ ਚੜਾਈ ਗੁਲਾਬ ਦੀਆਂ ਪੱਤੀਆਂ ਕੋਈ ਸਮਾਨ ਮੰਗਾ ਸਕਦੇ? ਜਾ ਰਹੀ ਆ ਉਹ ਸਦਕੇ ਜਾਵਾਂ। ਦੱਸ ਦੱਸ
ਐਦਾਂ ਤੂੰ ਜਾ ਸਕਦੀ ਤੂੰ ਧੀਆਂ ਭੈਣਾਂ ਦਾ ਆਪਣਾ ਨੀ ਕੱਢੇਗਾ ਉਹਨਾਂ ਦੇ ਖੰਡੇ ਆ ਇੱਧਰ ਹੋ ਜਾ ਇੱਧਰ ਹੋ ਜਾ ਜਾਨ ਜੀ ਸੱਚੇ ਜਾਵਾਂ ਇਹ ਥੱਲੇ ਝਾੜੀਆਂ ਕਾਦੀਆਂ ਨੇ ਸਿਠਾਟ ਇਤਵਾਰ ਵਾਲੇ ਦਿਨ ਮੈਨੂੰ ਬਸ ਜਲਦੀ ਚ ਮੈਨੂੰ ਕਾਲੀ ਦੇ ਵਿੱਚ ਪਤਾ ਨਹੀਂ ਲੱਗਿਆ ਹੁਣ ਕੀ ਕਰੇ ਹੁਣ ਕੁਛ ਵੀ ਨਾ ਇਹ ਕੀ ਚੀਜ਼ ਨੇ ਪਹਾੜੀਆਂ ਥੱਲੇ ਉਹ ਸੱਚੇ ਜਾਵਾਂ ਦੱਸ ਆ ਦੱਸ ਐਦਾਂ ਕੋ ਔਰਤ ਕਰ ਸਕਦੀ ਦੱਸ ਜਾਨ ਜੀ ਮੈਂ ਆ ਰਹੀ ਹਾਂ ਆ ਰਹੀ ਹਾਂ ਇਹਨੇ ਪਤਾ ਨਹੀਂ ਉੱਠਣਾ ਕਿ ਨਹੀਂ ਆ ਉੱਠ ਜੱਲਾ ਵਾ ਨਵੇਂ ਠਾਈ ਜਾਣਾ ਜਿਹੜਾ ਪਹਿਲੇ ਉੱਠਿਆ ਉਹ ਤਾਂ ਯਕੀਨ ਨਹੀਂ ਤੈਨੂੰ ਓ ਮੇਰੀ ਗੱਲ ਸੁਣ ਹਾਂਜੀ ਇਹ ਉੱਠ ਕਿਉਂ ਨਹੀਂ ਰਿਹਾ ਉੱਠ ਖੋਤੀ ਦੇ ਉੱਠ ਤੇਰੀ ਭੈਣ ਨੂੰ ਲੋਕਾਂ ਦੀਆਂ ਧੀਆਂ ਭੈਣਾਂ ਖਿਲਾਫ ਕਰੋ ਤੇਰੀ ਮੈਂ ਭੈਣ ਕੱਢ ਦੇਣੀ ਆ ਤੇਰੀ ਆਪਣੀਆਂ ਧੀਆਂ ਭੈਣਾਂ ਕਹਿ ਲਈਆਂ ਸਾਡੀ ਭੈਣ ਹੀ ਆ ਆ ਜੁੱਤੀ ਛੱਡ ਦੇ ਹੱਥ ਨਾਲ ਮਾਰ ਕੇ ਨਗ ਮਾਰਦਾ ਰੱਖੀ ਅੱਡੀ ਰੱਖੀ ਸੀ ਚੱਲੀਏ ਜਿੰਨੀ ਜਲਦੀ ਜਾ ਸਕਦੇ ਕਿਉਂਕਿ ਜਿੰਨੇ ਰਿਸ਼ਤੇਦਾਰ ਮੇਰੇ ਘਰ ਚ ਇਕੱਠੇ ਹੋ ਗਏ ਨੇ ਇਹਨਾਂ ਨੂੰ ਸਾਨੂੰ ਜਾਣ ਨਹੀਂ ਦੇਣਾ ਜਾਨ ਜੀ